ਪ੍ਰਦੇਸ਼ ਖੋਰੇ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਸੁਣੀਆਂ ਕਰ ਗਿਆ ਹੈ। ਤਾਜ਼ਾ ਮਾਮਲਾ ਰਾਏਕੋਟ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਤਲਵੰਡੀ ਰਾਏ ਦੇ ਵਸਨੀਕ 34 ਸਾਲਾਂ ਨੌਜਵਾਨ ਪਰਮਿੰਦਰ ਸਿੰਘ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਹੈ। ਪਿਛਲੇ 10 ਸਾਲਾਂ ਤੋਂ ਇਹ ਨੌਜਵਾਨ ਇਟਲੀ 'ਚ ਰਹਿ ਰਿਹਾ ਸੀ ਤੇ ਹਾਲ 'ਚ ਪੱਕਾ ਹੋਇਆ ਸੀ, ਪਰ ਕਿਸਮਤ ਅਜਿਹੀ ਕਿ ਪੰਜਾਬ ਆਉਣਾ ਨਸੀਬ ਨਹੀਂ ਹੋਇਆ। ਭਾਰੀ ਜਦੋਂ ਜਹਿਦ ਮਗਰੋਂ ਹੁਣ ਮੌਤ ਤੋਂ 22 ਦਿਨਾਂ ਬਾਅਦ ਮ੍ਰਿਤਕ ਪਰਮਿੰਦਰ ਸਿੰਘ ਦੀ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਹੈ। ਮੇਰੀ ਮਾਸੀ ਦਾ ਲੜਕਾ ਪਰਮਿੰਦਰ ਸਿੰਘ, ਜੋ 3 ਭਾਈਆਂ 'ਚ ਛੋਟਾ ਸੀ, ਇਹ ਪਿਛਲੇ ਸਮੇਂ 2014 ਦੇ ਵਿੱਚ ਰੁਜ਼ਗਾਰ ਦੇ ਲਈ ਇਟਲੀ ਗਿਆ ਸੀ। ਉੱਥੇ ਪੱਕਾ ਹੋਇਆ ਹੋ ਕੇ ਅਤੇ ਅਚਾਨਕ ਪਿਛਲੇ ਦਿਨ ਜਿਹੜਾ ਦਿਲ ਦਾ ਦੌਰਾ ਪੈਣ ਦੇ ਨਾਲ ਇਹ ਕਾਲਜ ਰਹਿਣਾ ਕਰ ਗਏ। ਪਿਛਲੇ ਸਾਲ ਹੀ ਇਹਨਾਂ ਦੇ ਜਿਹੜੇ ਪਿਤਾ ਜੀ ਇੰਦਰਜੀਤ ਸਿੰਘ, ਉਹ ਵੀ ਚੜ੍ਹਾਈ ਕੀਤੇ ਸੀ। ਪਰਿਵਾਰ ਦੇ ਵਿੱਚ ਤਾਂ ਪਹਿਲੇ ਬੰਦਿਆਂ ਦੀ ਬੜੀ ਘਾਟ ਸੀ, ਜੋ ਅੱਜ ਇਹ ਸਾਨੂੰ ਛੋਟਾ ਵੀਰ ਸਾਡਾ ਕਿੱਡਾ ਵੱਡਾ ਝਟਕਾ ਦੇ ਕੇ ਗਿਆ, ਜੋ ਸਹਿ ਆ। ਅਸੀਂ ਸਰਕਾਰ ਤੋਂ ਵੀ ਉਹੀ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ। ਇਹ ਜਿਹੜਾ ਪਰਮਿੰਦਰ ਸਿੰਘ ਆ, 14 ਤੋਂ ਬਾਅਦ ਇੰਡੀਆ ਆਇਆ ਸੀ ਤੋਂ ਪਹਿਲਾਂ ਬਾਅਦ 'ਚ ਨਹੀਂ ਜੀ, 2014 ਤੋਂ ਬਾਅਦ 10 ਸਾਲ ਬਾਅਦ ਅੱਜ ਇਸੇ ਰੂਪ 'ਚ ਹੀ ਆਇਆ ਜੀ। ਮੈਨੂੰ ਪਤਾ ਲੱਗਿਆ ਸੀ ਵੀ ਪੱਕਾ ਹੋ ਗਿਆ ਤੇ ਇਹਨੇ ਆਉਣ ਦੇ ਦਿਨਾਂ 'ਚ ਇੰਡੀਆ ਆਉਣ ਦਾ ਹੁੰਦਾ ਸੀਗਾ ਜੀ। ਹੁਣ ਇਹਨੂੰ ਪੇਪਰ, ਜਿਹੜੇ ਅਸਲ ਪੇਪਰ ਹੁਣ ਮਿਲੇ ਸੀਗੇ ਅਤੇ ਉਸ ਤੋਂ ਬਾਅਦ ਇਹਦੀ ਗੱਲ ਹੋਈ ਆ ਤਕਰੀਬਨ, ਅਤੇ ਕਹਿੰਦਾ ਸੀ ਮੈਂ ਥੋੜ੍ਹੇ ਸਮੇਂ ਦੇ ਵਿੱਚ ਆਵਾਂਗਾ। ਅਤੇ ਚਲੋ ਫਿਰ ਸਾਰਿਆਂ ਨੂੰ ਖੁਸ਼ੀ ਵੀ ਸੀ ਵੀ ਇੰਨੇ ਚਿਰ ਬਾਅਦ ਬੱਚੇ ਨੇ ਘਰ ਆਉਣਾ, ਕਿਉਂਕਿ ਬਾਪ ਦੀ ਡੈਥ 'ਤੇ ਵੀ ਇਹ ਪਹੁੰਚ ਨਹੀਂ ਸਕਿਆ। ਕਿੰਨੀ ਕੁ ਉਮਰ ਸੀ ਇਹਨਾਂ ਦੀ? ਇਹ ਲਗਭਗ ਜੀ 1988 ਦਾ ਬਰਥ ਸੀ ਇਹਨਾਂ ਦਾ ਜੀ, 34 ਕੁ ਸਾਲ ਲਾ ਲਈਏ ਜੀ। ਇਹਨਾਂ ਦੀ ਜਿਹੜੀ ਡੈਡ ਬੋਡੀ ਆ, ਡੈਥ ਤੋਂ ਕਿੰਨੇ ਦਿਨ ਬਾਅਦ ਆਈ ਆ? ਇਹ ਤਾਂ ਜੀ ਤਕਰੀਬਨ ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ, ਲਗਭਗ ਮਹੀਨੇ ਤੋਂ ਪਲੱਸ ਹੋਈ ਗਿਆ ਸੀਗਾ ਜੀ।